ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ 3 ਰੇਤ ਦੀਆਂ ਖੱਡਾਂ ਸ਼ੁਰੂ ਕੀਤੀਆਂ ਗਈਆਂ ਹਨ, ਪਰ ਫਿਰ ਵੀ ਜਲਾਲਾਬਾਦ ਹਲਕੇ ਦੇ ਗਰੀਬਾ ਸਾਦਰ ਵਿਖੇ ਟਰੈਕਟਰ ਟਰਾਲੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਰੇਤ ਲੈਣ ਵਾਲੇ ਲੋਕਾਂ ਦਾ ਕਹਿਣਾ ਕਿ ਭਾਵੇਂ ਜ਼ਿਲ੍ਹੇ ਦੇ ਵਿੱਚ ਹੋਰ ਖੱਡਾਂ ਸ਼ੁਰੂ ਹੋਈਆਂ ਨੇ, ਪਰ ਇੱਥੋਂ ਦੀ ਰੇਤ ਸਭ ਤੋਂ ਵਧੀਆ ਹੈ। ਇਸ ਦੇ ਨਾਲ ਹੀ ਲੋਕ ਮੰਗ ਕਰ ਰਹੇ ਹਨ ਕਿ ਹੁਣ ਇਸ 'ਤੇ ਮਾਈਨਿੰਗ ਦੀ ਕਪੈਸਿਟੀ ਵਧਾਉਣ ਦੀ ਜ਼ਰੂਰਤ ਹੈ। ਰਸ਼ ਹੋਣ ਦੇ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਆਪਣਾ ਤਾਂ ਜੀ ਬਾਕੀ ਕਹਿੰਦੇ ਆ 5.5 ਰੁਪਏ ਪਰਚੀ, 3.5 ਰੁਪਇਆ ਤਾਂ ਵੱਖਰਾ ਲਈ ਜਾਂਦੇ ਆ ਲੇਬਰ ਵਾਲੇ, 5.5 ਰੁਪਏ ਉਹ ਵੱਖਰੀ ਜਿਹੜੀ ਪਰਚੀ ਦਾ ਮਾਈਨਿੰਗ ਵਾਲਾ ਜਿਹਦੇ ਟੋਚਨ ਵਿੱਚ ਵੱਖਰਾ ਪੈਂਦਾ, ਇਹ ਤਾਂ ਪੈ ਗਈ 15-16 ਰੁਪਏ ਅੱਗੇ ਕੀ ਵਿੱਚ ਡੀਜ਼ਲ ਵਿੱਚ ਵੱਖਰਾ, ਹੁਣ ਅੱਗੇ ਜਦ ਕੀ ਵੇਚਾਂਗੇ, ਇਹ ਤੋਂ ਕੀ ਪੱਲੇ ਪਏਗਾ ਸਾਡੇ। ਟੋਚਨ ਦਾ ਕੀ? ਟੋਚਨ ਦਾ ਸਰ ਟੋਚਨ ਦਾ ਵੱਖਰਾ 500 ਲੈਂਦੇ ਆ। 500 ਰੁਪਏ? ਹਾਂਜੀ। ਕਾਹਦੇ ਲਈ? ਉਹ ਕੀ ਹੁੰਦਾ ਕੀ ਹੈ? ਟੋਚਨ ਟਰੈਕਟਰ ਬਾਹਰ ਕੱਢਣ ਦਾ, ਖੱਡੇ 'ਚੋਂ ਖੱਡ 'ਚੋਂ ਬਾਹਰ ਕੱਢਣ, 500 ਰੁਪਏ ਦਾ। ਅਤੇ ਜ਼ਿਲ੍ਹੇ 'ਚ ਹੋਰ ਵੀ ਖੱਡਾਂ ਚੱਲੀਆਂ ਅਤੇ ਫਿਰ ਇੱਥੇ ਰਸ਼ ਕਾਹਤੋਂ ਹੈ? ਜ਼ਿਲ੍ਹੇ 'ਚ ਬਾਹਰ ਉੱਧਰ ਰੇਤਾ ਮਾੜਾ ਹੈ, ਹਾਂ ਇੱਧਰ ਰੇਤਾ ਚੰਗਾ ਹੈ। ਰੇਤ ਚੰਗਾ ਹੈ, ਇਹ ਇਸ ਕਾਰਨ ਇੱਥੇ ਜ਼ਿਆਦੇ। ਕੀ ਕਹਿ ਰਹੇ ਹੋ ਟਰੈਕਟਰ ਦਾ? ਸਰ ਇਹ ਟਰੈਕਟਰ ਨਹੀਂ ਪਾਉਣ ਦਿੰਦੇ, ਜਿਵੇਂ ਅਸੀਂ ਆਪਣੇ ਨੇ ਸਾਡੇ ਕੋਲ ਟਰੈਕਟਰ, ਅਸੀਂ ਟੋਚਨ ਆਪਣਾ ਟਰੈਕਟਰ ਨਾਲ ਕੱਢ ਸਕਦੇ ਹਾਂ, ਪਰ ਉਹ ਕਹਿੰਦੇ ਨਹੀਂ ਅਸੀਂ ਟਰੈਕਟਰ ਸਾਡਾ ਹੀ ਕੱਢੇਗਾ, 500 ਰੁਪਈਆ ਲਵਾਂਗੇ। ਕੌਣ ਲੈਂਦਾ 500? ਉਹ ਟਰੈਕਟਰ ਵਾਲਾ, ਉੱਥੇ ਉਹਨਾਂ ਸਪੈਸ਼ਲ ਇੱਕ ਟਰੈਕਟਰ ਖਿਲਾਰੇ ਹੋਏ ਨੇ। ਪਤਾ ਕਿੰਦਾ ਟਰੈਕਟਰ ਹੈ ਉਹ? ਪਿੰਡ 'ਚ ਜ਼ਿਮੀਦਾਰ। ਅੱਛਾ, ਜ਼ਿਮੀਦਾਰ ਨੇ। 500 ਰੁਪਈਆ ਉਹ ਜੇ ਆਪਾਂ ਆਪਦਾ ਪਾਣੇ ਫਿਰ ਅੜੀਆਂ ਪਾਉਂਦੇ ਆ ਵੀ ਚਲੋ ਅਸੀਂ ਨਹੀਂ ਕਰਦੇ ਜੇ ਉਹ ਹੈ, ਹਾਂ ਆਪਣਾ ਆਪਦਾ ਟਰੈਕਟਰ ਉਹ ਨਹੀਂ ਦਿੰਦੇ। ਅੱਛਾ, ਆਪਦਾ ਨਹੀਂ ਪਾਉਂਦੇ? ਨਹੀਂ ਪਾਉਂਦੇ। ਤੇ 500 ਰੁਪਈਆ ਟੋਚਨ ਦਾ ਲੈ ਰਹੇ? ਉਹ ਟੋਚਨ ਆਪਾਂ ਮਤਲਬ ਆਪਦਾ ਨਹੀਂ ਪਾ ਸਕਦੇ, ਉਹਨਾਂ ਨੂੰ ਹੀ ਦੇਣਾ ਹੈ ਜੇ ਉਹ ਹੈ ਨਾ। ਲੇਬਰ ਆਪਣੀ ਲਿਜਾ ਸਕਦੇ, ਲੇਬਰ ਵੀ ਉਹਨਾਂ ਦੀ ਆਪਦੀ ਆ। ਲੇਬਰ ਵੀ ਆਪ? ਤੁਸੀਂ ਕਿੱਥੋਂ ਆਏ ਹੋ? ਅਸੀਂ ਮੰਡੀ ਲਾਦੂਗਾ। ਲਾਦੂਗਾ, ਕੀ ਨਾਮ ਤੁਹਾਡਾ? ਜਸਕਰਨ ਸਿੰਘ। ਜਸਕਰਨ ਸਿੰਘ, ਕੀ ਤੁਹਾਡਾ? ਸ਼ਿੰਦਰਪਾਲ ਸਿੰਘ। ਹੁਣ ਕੀ ਇੱਥੇ ਦਿੱਕਤ ਕੀ ਆ ਰਹੀ ਹੈ? ਦਿੱਕਤ ਇਹ ਆ ਰਹੀ ਹੈ, ਰਾਹੀ ਦੀ ਦਿੱਕਤ। ਕੀ? ਹਾਂਜੀ, ਇਹ ਵੀ ਤਾਂ ਹੁਣ ਜਿੱਦਾਂ ਅੱਜ ਟਰੈਕਟਰ ਸਵੇਰੇ ਪੁੱਜਣਗੇ, ਇੱਕ ਦੋ ਦਿਨ ਪੈਂਦੇ ਫਿਰ ਇੱਥੇ। ਦੋ ਦਿਨ ਲੱਗਦੇ? ਹਾਂਜੀ। ਅੱਛਾ, ਅਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਤਕਬਾਈ ਲੋਕਲ ਹੈ ਜੀ। ਤਕਬਾਈ ਤੋਂ ਲੋਕਲ? ਅਤੇ ਹੋਰ ਵੀ ਖੱਡਾਂ ਚੱਲੀਆਂ ਉੱਥੇ? ਉੱਥੇ ਰੇਤਾ ਬਰੀਕ ਹੈ ਜੀ, ਉੱਥੇ ਰੇਤਾ ਪਸੰਦ ਨਹੀਂ ਕਰਦੇ। ਅੱਛਾ, ਇੱਥੋਂ ਦਾ ਰੇਤਾ ਵਧੀਆ? ਹਾਂ, ਰੇਤਾ ਵਧੀਆ ਸੀ। ਇਹੀ ਕਾਰਨ ਹੈ ਇੱਥੇ ਰਸ਼ ਹੋਣ ਦਾ? ਹਾਂਜੀ, ਇਹੀ ਕਾਰਨ ਹੈ। ਅਤੇ ਰੇਟ ਕੀ ਚੱਲ ਰਿਹਾ? ਰੇਟ ਇੱਥੇ ਚੱਲ ਰਿਹਾ 5.5 ਰੁਪਈਏ, 5 ਰੁਪਏ 70 ਪੈਸੇ ਹੈਗਾ ਪਰਚੀ ਦਾ, 3 ਰੁਪਏ 50 ਪੈਸੇ ਹੈਗਾ ਲੇਬਰ ਦਾ, 5 ਰੁਪਏ ਜੀ ਦਾ। ਠੀਕ ਹੈ, ਮਤਲਬ ਰੇਟ ਸਹੀ ਚੱਲ ਰਿਹਾ? ਹਾਂ, ਰੇਟ 9 ਰੁਪਏ 28 ਪੈਸੇ ਕੋਟਨ। ਕੀ ਨਾਮ ਤੁਹਾਡਾ? ਜਸ਼ਿੰਦਰਪਾਲ ਸਿੰਘ। ਭਜਨ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਜੀ ਲੈਣਾ ਲੰਬੀਆਂ ਵਾਲੀਆਂ ਨੇ, ਅਤੇ ਇਹਦਾ ਕੋਈ ਪ੍ਰੋਸੀਜਰ ਹੋਵੇ ਵੀ ਲੇਬਰ ਵਧੇ ਜਾਂ ਖੱਡ ਹੋਰ ਖੁੱਲ੍ਹੇ ਜਾਂ ਕੁਛ ਹੋਵੇ, ਜਿਹਦੇ ਵਿੱਚ ਹਰ ਬੰਦੇ ਨੂੰ ਰੋਜ਼ ਦਾ ਗੇੜਾ ਪੀਵੇ, ਜਿਹੜੇ ਦੂਰੋਂ ਆਏ ਨੇ ਨੇੜੋਂ ਆਏ ਨੇ ਗੇੜਾ ਸ਼ਾਮ ਨੂੰ ਭਰਿਆ ਜਾਵੇ, ਟਿਕਾਣੇ ਲੱਗੇ। ਇਸ ਕਰਕੇ ਪਰੇਸ਼ਾਨੀ ਇਹ ਵੀ ਸਵੇਰੇ ਰਾਤ ਦੇ 3 ਵਜੇ ਦੇ ਖੜੇ ਨੇ, ਕੱਲ੍ਹ ਸ਼ਾਮ ਦੇ ਖੜੇ ਨੇ, ਇਹਨਾਂ ਨੂੰ ਮੁਸੀਬਤਾਂ ਇਹ ਹੀ ਨੇ ਵੀ ਰੋਟੀ ਚਾਹ ਇੱਥੇ ਮਗਰ ਆਵੇਗੀ, ਖਰਚਾ ਹੋਰ ਵਧੇਗਾ, ਫਿਰ ਪ੍ਰੀਣਾ ਹੈ ਕਿ ਨਹੀਂ ਪ੍ਰੀਣਾ ਇਹ ਵੀ ਕੋਈ ਪਤਾ ਨਹੀਂ ਅਗਲੇ ਦਿਨ ਜਾਂ ਪੀਵੇ। ਤੁਸੀਂ ਕਿੱਥੋਂ ਆਏ ਹੋ? ਅਸੀਂ ਤਾਂ ਲੋਕਲ ਹੀ ਹਾਂ। ਲੋਕਲ? ਹਾਂਜੀ। ਕਿੰਨੀ ਕੁ ਲਾਈਨ ਹੈ? ਲਾਈਨ ਜੀ ਆ ਖੜੀ ਹੈ, ਪਰ ਡੇਰੇ ਤੱਕ ਹੈਗੀ ਹੈ, 150-200 ਟਰੈਕਟਰ ਖੜਾ ਹੋਊਗਾ। 150-200 ਟਰੈਕਟਰ? ਹਾਂਜੀ। ਮਤਲਬ ਕਿ ਲੇਬਰ ਘੱਟ ਹੋਣ ਦੀ ਵਜ੍ਹਾ ਕਰਕੇ ਖੱਡਾਂ ਵੀ ਘੱਟ ਨੇ ਜੀ। ਖੱਡਾਂ ਵੀ ਘੱਟ ਨੇ?